ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੇ ਮੁੱਖ ਖਬਰਾਂ ਤੇ ਨਜ਼ਰ ਮਾਰਦੇ ਹਾਂ। ਕੈਬਨਿਟ ਮੰਤਰੀ ਸਰਬਜੀਤ ਸਿੰਘ ਕਾਂਸੋਤ ਨੇ ਨਾਭਾ ਵਿਖੇ ਪ੍ਰੈਸ ਕਾਨਫਰੰਸ ਕਰਦੇ ਦਿੱਤੇ ਵੱਡੇ ਬਿਆਨ ਅਤੇ ਅਕਾਲੀ ਦਲ ਅਤੇ ਬੀਜੇਪੀ ਦੇ ਖੂਬ ਰਗੜੇ ਲਗਾਏ। ਸਰਬੀਰ ਸਿੰਘ ਬਾਦਲ ਵੱਲੋਂ ਪੰਜਾਬ 'ਚ ਕੀਤੀ ਜਾ ਰਹੀਆਂ ਰੈਲੀਆਂ ਨੂੰ ਲੈ ਕੇ ਕਾਂਸੋਤ ਨੇ ਬੋਲਦੇ ਕਿਹਾ ਕਿ ਜਦੋਂ ਬਾਦਲ ਕਹਿ ਰਿਹਾ ਸੀ ਕਿ ਕੋਰੋਨਾ ਕੋਈ ਨਹੀਂ ਹੈ ਅਤੇ ਜਦੋਂ ਇਸ ਨੂੰ ਕੋਰੋਨਾ ਹੋਇਆ ਤਾਂ ਦਿੱਲੀ ਜਾ ਕੇ ਇਲਾਜ ਕਰਵਾਇਆ ਅਤੇ ਹੁਣ ਇਹ ਰੈਲੀਆਂ ਕਰ ਰਹੇ ਨੇ, ਪਰ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਰੈਲੀਆਂ ਦੇ ਨਾਲ ਇਹਨਾਂ ਦਾ ਕੋਈ ਲੋਕਾਂ ਤੇ ਅਸਰ ਨਹੀਂ ਹੋਣ ਵਾਲਾ, ਜੋ ਅਕਾਲੀ ਦਲ ਸਰਕਾਰ ਵੇਲੇ ਲੋਕਾਂ ਨੂੰ 10 ਸਾਲ ਲੁੱਟਿਆ ਅਤੇ ਹੁਣ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ 5 ਸੀਟਾਂ ਵੀ ਨਹੀਂ ਮਿਲਣੀਆਂ। ਸੁਖਬੀਰ ਵੱਲੋਂ ਟਿਕਟਾਂ ਵੀ ਅਨਾਊਂਸ ਕਰਨ ਲੱਗ ਗਏ, ਤੁਸੀਂ ਕੀ ਕਹਿਣਾ ਚਾਹੁੰਦੇ? ਇਹ ਜਿਹੜੇ ਬਿਨਾਂ ਪਾਣੀ ਤੋਂ ਮੌਜੇ ਖੋਲ੍ਹਦੇ ਨੇ ਬੰਦੇ, ਉਹਨਾਂ ਨੂੰ ਕੀ ਕਹਿੰਦੇ ਨੇ ਲੋਕ? ਉਹ ਆਪ ਸਮਝ ਲੈ, ਇਹ ਬਿਨਾਂ ਪਾਣੀ ਤੋਂ ਮੌਜੇ ਖੋਲ੍ਹੀ ਫਿਰਦੇ ਨੇ। ਔਰ ਪਹਿਲਾਂ ਇਹ ਟਿਚਰਾਂ ਕਰਦਾ ਸੀ ਕਿ ਇੱਥੇ ਆਹ ਹੈ ਨਹੀਂ, ਕੀ ਕਰੋਨਾ ਹੀ ਹੈ ਨਹੀਂ, ਰੈਲੀਆਂ ਕਰਨ ਲੱਗ ਗਿਆ ਹੰਕਾਰ ਕੀ। ਔਰ ਮੈਂ ਕਹਿੰਦਾ ਹੰਕਾਰ ਦਾ ਕੀ ਸਮਝ, ਤਾਂ ਫਰਕਾ ਬਣ ਬਣੀ ਸੋਚ ਹੈ। ਅਤੇ ਜਦੋਂ ਆਪ ਨੂੰ ਕਰੋਨਾ ਹੋਇਆ ਫਿਰ ਚੰਗਿਆੜਾਂ ਪਈਆਂ ਅਤੇ ਫਿਰ ਉੱਥੇ ਦਿੱਲੀ ਜਾ ਕੇ ਪੁੱਜਿਆ ਵੱਡੇ ਹਸਪਤਾਲ 'ਚ, ਹੁਣ ਠੀਕ ਹੋ ਕੇ ਫਿਰ ਉੱਥੇ ਕਹਿੰਦਾ ਜੀ ਦੇਖਿਓ ਯਾਰ ਮੇਰੇ ਨਾਲ ਜਿੰਨੇ ਜਿੰਨੇ ਹੱਥ ਮਿਲਾਇਆ ਤੁਸੀਂ ਵੀ ਚੈੱਕ ਕਰਾ ਲਓ, ਹੁਣ ਫਿਰ ਕਹਿੰਦੇ ਕਰੋਨਾ ਕੋਈ ਨਹੀਂ। ਹੁਣ ਤਾਂ ਤੂੰ ਨਿਕਲਿਆ ਭਾਈ, ਲੋਕਾਂ ਨੂੰ ਹੋਰ ਮੌਤ ਦੇ ਮੂੰਹ 'ਚ ਧੱਕ ਕੇ ਲੋਕਾਂ ਨੂੰ ਵਰਗ ਲਾ ਕੇ ਅਤੇ ਉਹਨਾਂ ਨੂੰ ਰੈਲੀਆਂ 'ਚ ਤੁਹਾਨੂੰ ਸੁੱਝਣ ਦੀ ਪਈ ਹੈ। ਮੈਂ ਸਮਝਦਾ ਕਿ ਤੁਹਾਡਾ ਤਾਂ ਅਜੇ ਜਿਹੜੇ ਦੁੱਖ ਨੇ ਲੋਕਾਂ ਨੂੰ ਦਿੱਤੇ ਹੋਏ, ਸਰਦਾਰ ਸੁਖਬੀਰ ਸਿੰਘ ਬਾਦਲ ਜੋ 10 ਸਾਲ ਦੇ ਵਿੱਚ ਪੰਜਾਬ ਨੂੰ ਲੋਕਾਂ ਨੂੰ ਤੁਸੀਂ ਤੰਗ ਕਰਤਾ, ਜੇ ਲੋਕ ਭੁੱਲੇ ਨਹੀਂ, ਫਿਕਰ ਨਾ ਕਰੋ। ਤੁਹਾਡੇ ਅਜੇ ਨਾ ਪਹਿਲਾਂ ਤਾਂ 15 ਆਈਆਂ ਅਤੇ ਹੁਣ ਤਾਂ ਮੈਨੂੰ ਲੱਗਦਾ 5 ਵੀ ਨਹੀਂ ਹੋਣੀ। ਸੁਖਬੀਰ ਬਾਦਲ ਕਹਿ ਰਹੇ ਆ ਜਿਹੜੇ ਗੈਂਗਸਟਰ ਮੁਖਤਿਆਰ ਅੰਸਾਰੀ ਸੀਗੇ ਉਹਨਾਂ ਨੂੰ ਜਿਹੜਾ 2 ਸਾਲ ਜੇਲ੍ਹ ਦੇ ਵਿੱਚ ਰੱਖਿਆ ਇੱਥੇ ਪੰਜਾਬ 'ਚ ਅਤੇ ਉਹਦੇ ਕਰੋੜਾਂ ਰੁਪਇਆ ਖਰਚ ਹੋ ਗਿਆ, ਕਿਵੇਂ ਜੱਜ ਕਰਦੇ ਤੁਸੀਂ? ਨਹੀਂ, ਜੇਲ੍ਹ 'ਚ ਨਾ ਰੱਖਦੇ ਹੋਰ ਬਾਦਲ ਦੇ ਘਰੇ ਰੱਖਦੇ ਆਪਾਂ? ਕਿੱਥੇ ਜੇਲ੍ਹ ਵਾਲਿਆਂ ਨੂੰ ਤਾਂ ਜੇਲ੍ਹ 'ਚ ਰੱਖਣਾ ਪਏਗਾ, ਕਿਸ ਤਰੀਕੇ ਨਾਲ ਕਾਨੂੰਨ ਅਨੁਸਾਰ ਰੱਖਿਆ ਗਿਆ। ਉਹ ਕਹਿ ਰਹੇ ਕਰੋੜਾਂ ਰੁਪਇਆ ਖਰਚ ਕਰਤਾ, ਉਸਦੇ ਦੇਖ ਰੇਖ 'ਤੇ ਕਿਵੇਂ ਦੇਖਦੇ ਇਸ 'ਚ? ਜੇਲ੍ਹ 'ਚ ਕਿੰਨਾ ਖਰਚ ਹੁੰਦਾ ਇਹ ਤਾਂ ਜਾ ਕੇ ਉਹਦੇ ਨਾਲ ਹਿਸਾਬ ਕਰਨਾ ਜੇਲ੍ਹ ਵਾਲਿਆਂ ਨਾਲ, ਉਹ ਤਾਂ ਜੋ ਕਾਨੂੰਨ ਅਨੁਸਾਰ ਕਿੰਨਾ ਖਰਚ ਹੁੰਦਾ ਤਾਂ ਜੇਲ੍ਹ ਦੇ ਵਾਲਿਆਂ ਦੇ ਪਹਿਲਾਂ ਵੀ ਖਰਚ ਹੁੰਦੇ ਨੇ, ਆਮ ਜਿੱਥੇ ਜਿੱਥੇ ਕੈਦੀਆਂ ਨੂੰ ਲਿਜਾਈਦਾ ਜਿਹੜਾ ਜਾਏਗਾ ਉੱਥੇ ਖਰਚ ਹੋਣਾ ਹੀ ਹੈ। ਤੁਸੀਂ ਐਂ ਦੱਸੋ, ਪੱਤਰਕਾਰ ਆਪਣੇ ਦਿਲ 'ਤੇ ਹੱਥ ਧਰ ਕੇ, ਮੇਰੇ ਭਰਾ ਹੋ ਤੁਸੀਂ, ਨਿਰਪੱਖ ਹੋ, 10 ਸਾਲ ਉਹ ਸਰਕਾਰ ਰਹੀ ਇਹਨਾਂ ਦੀ ਬੀਜੇਪੀ ਅਤੇ ਅਕਾਲੀ ਦਲ, ਪਹਿਲਾਂ ਇੱਕ ਕੰਮ ਗਣਾਉਣਾ, ਇਹ ਸੁਣਾ ਦਿਓ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ। ਠੀਕ ਹੈ ਜੀ, 10 ਸਾਲ ਸਰਕਾਰ ਰਹੀ ਹੈ, ਕਿਸੇ ਕਿਸਾਨ ਨੂੰ ਇੱਕ ਧੇਲਾ ਦਿੱਤਾ, ਕਿਸੇ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਸਾਰ 7,000 ਕਰੋੜ ਰੁਪਈਆ ਕਿਸਾਨਾਂ ਦੀ ਜੇਬ 'ਚ ਪਾਇਆ ਗਰੀਬ, ਔਰ ਬਾਕੀ ਜਿਹੜੇ ਰਹਿੰਦੇ ਨੇ 2.5-2.5 ਏਕੜ ਵਾਲੇ ਸਾਰਿਆਂ ਨੂੰ ਫੇਰ ਜਿੰਨਾ ਕਰਜ਼ਾ ਸਾਰਿਆਂ ਦਾ ਮਾਫ਼ ਕਰਨਾ। ਤੁਸੀਂ ਭਾਈ ਕੀ ਕੀਤਾ? ਫਿਰ ਦਲਿਤਾਂ ਦੇ ਜਿਹੜੇ ਪਿੰਡਾਂ 'ਚ ਬੈਠੇ ਨੇ ਮਜ਼ਦੂਰ ਨੇ ਉਹਨਾਂ ਦਾ 540 ਕਰੋੜ ਰੁਪਈਆ ਮਾਫ਼ ਕਰਤਾ, ਭਾਵੇਂ 9 ਕਰੋੜ ਆ ਕਿਸੇ ਦਾ, 9 ਹਜ਼ਾਰ ਤੋਂ 25,000 ਤੱਕ ਉਹ ਸਾਰਾ ਮਾਫ਼ ਕੀਤਾ। ਤੁਸੀਂ ਭਾਈਚਵਾਨੀ ਕੀਤੀ ਆ, ਕਿਉਂ ਨਹੀਂ ਯਾਦ ਆਇਆ? ਫਿਰ ਤੁਸੀਂ ਇਹ ਲਾ ਲਓ, ਗਰੀਬ ਧੀਆਂ ਦਾ ਜਦੋਂ ਵਿਆਹ ਕੇ ਦੇਣੀ ਪੈਂਦੀ, ਗਰੀਬਾਂ ਨੂੰ ਪਤਾ, ਬਾਦਲਾਂ ਨੂੰ ਕੀ ਪਤਾ, ਇਹ ਤਾਂ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਹੋਏ ਨੇ। ਜਿਹਦੀ ਗਰੀਬ ਦੀ ਧੀ ਹੁੰਦੀ ਉਹਦੇ ਵਿਆਹ 'ਤੇ ਖਰਚ ਆਉਂਦਾ। ਤੁਸੀਂ ਭਾਈ ਕੈਪਟਨ ਅਮਰਿੰਦਰ ਸਿੰਘ 2002 'ਚ 15,000 ਕਰਕੇ ਗਿਆ ਸੀ, ਤੁਸੀਂ 10 ਸਾਲ ਰਹੇ ਹੋ, 1 ਰੁਪਈਆ 1 ਕੌਡੀ ਨਹੀਂ ਵਧਾਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦੇ ਸਾਰ 15-21 ਕੀਤਾ, ਹੁਣ 51,000 ਕੀਤਾ। ਇਹ ਤੁਹਾਨੂੰ ਦਿਸਦਾ ਨਹੀਂ ਅਜੇ? ਬਾਦਲ ਸਾਹਿਬ ਨਹੀਂ ਦਿਸਦਾ ਜੀ, ਤੁਹਾਡੇ ਵਾਂਗੂ ਕੁਛ ਨਾ ਕਰਦੇ ਫਿਰ ਅਸੀਂ। ਫਿਰ ਆ ਹੈਗਾ, ਬੀਬੀਆਂ ਨੇ ਸਾਡੀਆਂ, ਭੈਣਾਂ ਨੇ, ਬਜ਼ੁਰਗ ਨੇ, ਗਰੀਬ ਲੋਕ, ਸਾਡੇ ਬੱਚੇ ਨੇ ਪੜ੍ਹਨ ਜਾਂਦੇ, ਉਹਨਾਂ ਨੂੰ 1 ਅਪ੍ਰੈਲ ਤੋਂ ਫ੍ਰੀ ਬੱਸ ਸੇਵਾ ਕਰਤੀ। ਇਹ ਤੁਹਾਨੂੰ ਦਿਸਦੀ ਨਹੀਂ ਹੈ? ਤੁਹਾਡੇ ਵਾਂਗੂ ਧੱਕੇ ਮਾਰ ਕੇ ਬੁੜੀਆਂ ਥੱਲੇ ਸੁੱਟ ਜਾਇਆ ਕਰਦੇ, ਤੁਹਾਡੀ ਔਰਬਿਟ ਆਇਆ ਕਰਦੀ ਥੱਲੇ ਦਰੜ ਕੇ ਲੰਘ ਜਾਇਆ ਕਰਦੀ, ਇਹ ਵੀ ਨਹੀਂ ਤੁਹਾਨੂੰ ਦਿਸਦਾ ਫ੍ਰੀ। ਫਿਰ ਪੈਨਸ਼ਨ ਹੈ, 10 ਸਾਲ ਤੁਸੀਂ ਰਹੇ ਹੋ, 250 ਰੁਪਈਏ ਰਹੀ ਹੈ, 250 ਤੁਹਾਨੂੰ ਸੋਚ ਕੇ ਬੋਲਣਾ ਚਾਹੀਦਾ, 1 ਦੁਆਨੀ ਨਹੀਂ ਵਧਾਈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ, ਆਉਂਦੇ ਸਾਰ 750 ਕਰ ਦਿੱਤੀ, ਹੁਣ 1500 ਕਰ ਦਿੱਤੀ। ਜਿਹਨਾਂ ਨੂੰ ਪੈਨਸ਼ਨ ਦੀ ਲੋੜ ਆ ਉਹਨਾਂ ਨੂੰ ਪੁੱਛੋ, ਤੁਹਾਨੂੰ ਕੀ ਪਤਾ ਅਰਬਾਂ ਖਰਬਾਂ ਦੇ ਮਾਲਕ ਹੋ, ਤੁਹਾਨੂੰ ਨਹੀਂ ਜ਼ਰੂਰਤ, ਜ਼ਰੂਰਤ ਆ ਮੇਰੀ ਵਿਧਵਾ ਭੈਣ ਨੂੰ, ਕਿਸੇ ਨੂੰ, ਮੇਰੀ ਮਾਂ ਨੂੰ, ਕਿਸੇ ਬਜ਼ੁਰਗ ਨੂੰ, ਕਿਸੇ ਗਰੀਬ ਮਾਤਾ ਨੂੰ, ਬਜ਼ੁਰਗ ਨੂੰ ਲੋੜ ਹੈ, ਕਿਸੇ ਅਪੰਗ ਬੱਚੇ ਨੂੰ ਲੋੜ ਹੈ, ਅਤੇ ਕਿਸੇ ਹੋਰ ਲੋੜਵੰਦ ਨੂੰ ਲੋੜ ਹੈ, ਉਹਨੂੰ 1500 ਲਾਈ ਆ, ਜੇ ਤੁਹਾਨੂੰ ਦਿਸਦਾ ਹੀ ਨਹੀਂ ਕੱਖ। ਇਸ ਕਰਕੇ ਅੱਜ ਇੰਡਸਟਰੀ ਮੰਡੀ ਗੋਬਿੰਦਗੜ੍ਹ ਦੇ ਵਿੱਚ 400
नवी वड्डी एजेंसी लगी है तुहाडे टाइम 10% कम करदी सी सारे भज गए सी सो तुहानू अजे भी चंगा लगता सो कैप्टन अमरिंदर सिंह दी सरकार काम करदी है ते तुसी धरने लाउंदे हो बस इन्ना ही काम बीजेपी दे एक मिंट हरसिमरत बादल ने कहा भी जिहड़े 300 किसान मरे ने जे प्रकाश सिंह बादल हुंदे मुख्य मंत्री तां मर गए सी ना ही अंदोलन होना सी भी कैप्टन अमरिंदर सिंह नाल मिले होए ने मोदी अंदोलन बीपी नूं मैं पुछणा चाहुंदा उहनूं साफ सुना दिओ कन्न धर के बीपी तू होवें प्रधान थोड़ी होवे सांझ बीजेपी नाल जदों इह काले कानून बणे ने तू उत्थे बैठ के बणवाए ने बैठ के बनवाए ने तो वजीर सी तो फिर कैप्टन अमरिंदर सिंह ने इमीजिएटली विरोध करके असैंबली का सैशन स्पैशल बुलाया तो सरदार सुखबीर सिंह बादल अपने बंदे लैके बाहर बैठ गया सी भी कैप्टन अमरिंदर सिंह झूठ बोलता है काले कानून कोई माड़े नहीं है चंगे ने तो तुसी भाई कि छज तो बोले छाननी बोले तो थोड़ा तो कोई बोलने का हक नहीं तुसी काले कानून कोल बैठ के बनाए ने आम आदमी पार्टी ने बीजेपी का हुण भविख किवें देखदे हो तुसी 2022 यह तो लोगों ने तय करना पंजाब कोई इन्हों का भविख नहीं गुरु महाराज की कृपा नाल पंजाब के लोग कैप्टन अमरिंदर सिंह कांग्रेस पार्टी की जिहड़ी अगवाई कर रहे हैं उन्होंने दोबारा देखना चाहते कोई दिक्कत नहीं आएगी कैप्टन अमरिंदर सिंह के राज लोग आम अकाली दल भी कहते जो कैप्टन का राज आता किसान नहीं रुड़ता मंडिया बिल्कुल कितों नहीं आई है बारदाने की कोई कमी नहीं जिला संगरूर के मस्तवाणा साहब तो नौजवान के काफले के नाल लखा सिदाणा भी दिल्ली लिए रवाना हो गया लखा पग बन के काफले में शामिल हो 10 अप्रैल में दिल्ली के KMP रोड को बंद करने की किसानों वालों कॉल दी गई है लखे ने सोशल मीडिया से लाइव होकर वो तो लोगों को कल KMP रोड से इकट्ठे होने की अपील की कुंडली बार्डर से अंदोलन कर रहे किसानों ने हुण सरकार से दबाव बनाने लिए KMP एक्सप्रैस वे जाम करने की रणनीति बनाई है KMP 10 अप्रैल में 24 घंटे लिए जाम रहेगी और वो तो किसानों इस विच पहुंचने की कॉल दी गई है बुधवार को लखा सिदाणा सोशल मीडिया से लाइव हुआ सी लखे ने लाइव होकर अपील की थी खेती कानूनों के विरोध में 10 अप्रैल में KMP रोड दिल्ली बंद करने लिए वो लोग पहुंचन उसने कहा कि वह अपने साथियों के साथ 9 अप्रैल तो ही मस्तौर दिल्ली में पहुंच जाएगा विसाखी मौके पाकिस्तान ननकाना साहब जाने वाले श्रद्धालुओं लगे जिथे सियासत के चलद कोरोना महामारी का हवाला देंद केंद्र सरकार वालों पहले जथे ननकाना साहब साके के शताब्दी समागम मौके मंजूरी नहीं दी गई थी पर हम विसाखी लिए जाने वाले जथे केंद्र सरकार वालों मंजूरी देने के बाद अज श्रोमणी कमेटी के तेजा सिंह समुद्री हाल विखे सिहत विभाग वालों जथे जाने वाले श्रद्धालुओं के कोरोना टैसट किए जा रहे हैं ता जो उन्होंने किसी भी तरह की दिक्कत का सामना ना करना पवे कुलविंदर सिंह मीश कत्तर पब्लिसिटी श्रोमणी गुरुद्वारा प्रबंधक कमेटी श्री अमृतसर साहब अच्छा सर SDBC वालों जो जत्था रवाना होना है तो उसके कोविड टेस्ट हो रहे कि किस तरह का प्रोसीजर है सारा डिटेल श्रोमणी गुरुद्वारा प्रबंधक कमेटी वालों जोड़ा विसाखी गुरु मना वास्ते जत्था पाकिस्तान की धरती पर जाना है उदे वास्ते हालातों के मद्देनज़र क्योंकि समुचे संसार जोड़ा वो कोरोना महामारी चल रही है असी जेड़े यात्रू साहबान साढ़े वालों जोड़ा वो यात्रा च जा रहे ने उन्हां वास्ते असी जोड़ा हैगा वो सेहत विभाग नाल संपर्क करके 2 दिन का जोड़ा इत्थे बकायदा कैंप जोड़ा लवाया अज 9 ते कल 10 नूं ये 2 दिन जारी रहेगा और इन्हां दोवां दिनां दे विच जेड़े जेड़े भी यात्रू पाकिस्तान की धरती ते जोड़ा हैगा वो विसाखी मनाउण जा रहे ने उन्हां नूं साडी अपील आ कि वह अपना जिहड़ा करोना टैस्ट आ वह कराउण ते प्लस वैक्सीनेशन जरूर लगाउण क्योंकि वैक्सीनेशन करवा के ही दूसरे देश विच जाना चाहिए ते इहदे तों तां कि बचिया जा सके इस महामारी तों अज सिर्फ कोविड टेस्ट ही करवाए जा रहे हैं कि वैक्सीन भी जिन्ने श्रद्धालु जाएंगे वैक्सीन का प्रबंध भी है जी वैक्सीन भी लगेगी सब नूं वैक्सीन लगेगी बिल्कुल लगेगी जिहड़े यात्रू जाना वैक्सीन लगवा के किन्ने श्रद्धालु जा रहे हैं और साढ़े कोल असी 793 जिहड़े ने पासपोर्ट भेजे सन वीजा लगन वास्ते जिहदे विचों 356 नाम जिहड़े ने कट दिते गए ने गवर्नमेंट ऑफ इंडिया ते एम्बेसी ऑफ पाकिस्तान वालों जिहड़ा कटे ने 437 जिहड़े सानू वीजे टोटल मिले ने और ये 437 यात्रु जिहड़े ने साडे पाकिस्तान की धरती ते जिहड़ा विसाखी मनाउण वास्ते ते वख वख साडे जिहड़े इतिहासिक स्थान ने उन्हां दे दर्शन इशनान करके 22 तरीक नूं जिहड़ा जत्था साडा वापस मिलना
ਜਿਹੜੇ ਬਾਕੀ ਇਹਦੇ ਨਾਮ ਕੱਟੇ ਗਏ ਉਹਨਾਂ ਦੇ ਪਿੱਛੇ ਕੀ ਕਾਰਨ ਸੀ? ਦੇਖੋ, ਅਸੀਂ ਤਾਂ ਹਰ ਵਾਰ ਅਪੀਲ ਕਰਦੇ ਹਾਂ, ਗਵਰਨਮੈਂਟ ਆਫ ਇੰਡੀਆ ਨੂੰ ਵੀ ਕਰਦੇ ਹਾਂ, ਅੰਬੈਸੀ ਆਫ ਪਾਕਿਸਤਾਨ ਨੂੰ ਵੀ ਕਰਦੇ ਹਾਂ ਕਿ ਜਿਹੜੇ ਸ਼ਰਧਾਲੂ ਦਾ ਜਦੋਂ ਨਾਮ ਕੱਟਿਆ ਜਾਂਦਾ, ਉਹਨੂੰ ਪਤਾ ਲੱਗਦਾ ਕਿ ਮੇਰਾ ਨਾਮ ਜਥੇ 'ਤੇ ਜਾਣ ਵਾਲੀ ਲਿਸਟ ਵਿੱਚ ਨਹੀਂ, ਉਹ ਬਹੁਤ ਵੱਡਾ ਉਹਨੂੰ ਦੁੱਖ ਪਹੁੰਚਦਾ। ਕਿਉਂਕਿ ਅਸੀਂ ਨਿੱਤ ਵਿੱਚ, ਨਿੱਤ ਦੀ ਅਰਦਾਸ ਵਿੱਚ ਵੀ ਜਿਹੜੇ ਸਾਡੇ ਵਿਛੜੇ ਗੁਰਧਾਮ ਨੇ ਉਹਨਾਂ ਦੇ ਦਰਸ਼ਨ ਦੀਦਾਰ ਲੋਚਦੇ ਹਾਂ, ਅਤੇ ਜਦੋਂ ਕਿਸੇ ਯਾਤਰੂ ਨੂੰ ਇਹ ਪਤਾ ਲੱਗਦਾ ਕਿ ਮੇਰਾ ਨਾਮ ਲਿਸਟ ਵਿੱਚ ਸ਼ਾਮਲ ਨਹੀਂ, ਮੇਰਾ ਨਾਮ ਕੱਟਿਆ ਗਿਆ, ਸੁਭਾਵਿਕ ਆ ਉਹ ਵੀ ਦੁਖੀ ਹੁੰਦਾ ਤਾਂ ਅਸੀਂ ਵੀ ਦੁਖੀ ਹੁੰਦੇ ਹਾਂ। ਇਸ ਕਰਕੇ ਅਸੀਂ ਵਾਰ ਵਾਰ ਅਪੀਲ ਕਰਦੇ ਹਾਂ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਨਾਮ ਨਹੀਂ ਕੱਟੇ ਜਾਣੇ ਚਾਹੀਦੇ, ਇਹਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿ ਜਿਹੜੀਆਂ ਨੇ ਉਹ ਭਾਵਨਾਵਾਂ ਜਿਹੜੀਆਂ ਸਾਡੇ ਉਹਨਾਂ ਗੁਰਧਾਮਾਂ ਦੇ ਨਾਲ ਜੁੜੀਆਂ ਹੋਈਆਂ ਨੇ, ਅਤੇ ਉਹਦਾ ਖਿਆਲ ਰੱਖਿਆ ਜਾਣਾ ਚਾਹੀਦਾ, ਨਹੀਂ ਕੱਟੇ ਜਾਣੇ ਚਾਹੀਦੇ ਨੇ। ਜਦੋਂ ਪਿਛਲੀ ਵਾਰੀ ਜੱਥਾ ਜਾਣਾ ਸੀ ਤਾਂ ਇੱਕਦਮ ਹੀ ਸੈਂਟਰ ਗਵਰਨਮੈਂਟ ਵੱਲੋਂ ਲੈਟਰ ਆ ਗਈ ਕਿ ਤੁਹਾਡਾ ਜਿਹੜਾ ਜਾਣ ਵਾਲਾ ਪ੍ਰੋਗਰਾਮ ਉਹ ਕੈਂਸਲ ਹੈ, ਤੁਹਾਨੂੰ ਇਜਾਜ਼ਤ ਨਹੀਂ ਹੈ। ਤਾਂ ਉਦੋਂ ਕੋਵਿਡ ਘੱਟ ਸੀ, ਹੁਣ ਕੋਵਿਡ ਜ਼ਿਆਦਾ ਫੈਲ ਰਿਹਾ, ਤਾਂ ਹੁਣ ਜਦ ਇਜਾਜ਼ਤ ਮਿਲ ਸਕਦੀ ਹੈ ਤਾਂ ਉਦੋਂ ਇਜਾਜ਼ਤ ਨਹੀਂ ਮਿਲੀ? ਸਰਕਾਰ ਦੀ ਮਨਸ਼ਾ ਕੀ ਸਮਝਦੇ? ਦੇਖੋ ਜੀ, ਅਸੀਂ ਇਹ ਪਹਿਲਾਂ ਤਾਂ ਸਾਡੀ ਬੇਨਤੀ ਹੈ ਇਹਦੇ ਬਾਬਤ, ਸਾਡੇ ਮਾਣਯੋਗ ਪ੍ਰਧਾਨ ਸਾਹਿਬ ਬੀਬੀ ਜਗੀਰ ਕੌਰ ਜੀ ਨੇ ਵੀ ਇਹਦੇ ਬਾਰੇ ਜਿਹੜਾ ਹੈਗਾ ਉਹ ਅਸੀਂ ਵੱਡੇ ਰੂਪ ਦੇ ਵਿੱਚ ਇਹ ਆਪਣਾ ਪ੍ਰੋਟੈਸਟ ਜਿਹੜਾ ਹੈਗਾ ਇਹਦਾ ਇਜ਼ਹਾਰ ਕੀਤਾ। ਉਹ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਲਗਭਗ ਮੇਰੇ ਖਿਆਲ ਆ ਕੇ ਜਥਾ ਜਾਣ ਦੇ ਵਿੱਚ 12-13 ਘੰਟੇ, ਪੂਰੇ 24 ਘੰਟੇ ਦਾ ਇੱਕ ਦਿਨ ਹੁੰਦਾ, ਇੱਕ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ, ਜਦੋਂ ਸਾਨੂੰ ਉਹਨਾਂ ਨੇ ਮੇਲ ਰਾਹੀਂ ਇਨਫੋਰਮੇਸ਼ਨ ਭੇਜੀ ਕਿ ਜਿਹੜਾ ਉਹ ਕੋਵਿਡ ਕਰਕੇ ਅਤੇ ਸਿਕਿਉਰਟੀ ਰੀਜਨ ਕਰਕੇ ਅਸੀਂ ਜਥਾ ਜਿਹੜਾ ਉੱਥੇ ਉਹਨਾਂ ਨੂੰ ਪਰਮਿਸ਼ਨ ਨਹੀਂ ਦੇ ਰਹੇ, ਜਦਕਿ ਗਵਰਨਮੈਂਟ ਆਫ ਪਾਕਿਸਤਾਨ, ਅੰਬੈਸੀ ਆਫ ਪਾਕਿਸਤਾਨ ਨੇ ਜਿਹੜਾ ਸਾਨੂੰ ਉਹ ਵੀਜ਼ੇ ਜਾਰੀ ਕਰ ਦਿੱਤੇ, ਅਸੀਂ ਪਾਸਪੋਰਟ ਆਪਣੇ ਸ਼ਰਧਾਲੂਆਂ ਨੂੰ ਜਿਹੜਾ ਸੀਗਾ ਉਹ ਵੀ ਅੱਗੋਂ ਵੰਡ ਦਿੱਤੇ ਗਏ, ਜਿਹੜਾ ਟੈਸਟ ਸੀਗੇ ਉਹ ਵੀ ਕਰ ਲਏ ਗਏ ਬਕਾਇਦਾ ਕਰੋਨਾ ਦੇ, ਔਰ ਲਾਸਟ ਮੂਮੈਂਟ 'ਤੇ ਆਣ ਕੇ ਜਿਹੜਾ ਇਸ ਤਰ੍ਹਾਂ ਦਾ ਇਹ ਕਾਰਨਾਮਾ ਸੀਗਾ ਗਵਰਨਮੈਂਟ ਆਫ ਇੰਡੀਆ ਦਾ, ਉਹ ਸੁਭਾਵਿਕ ਆ ਕਿ ਸਾਨੂੰ ਸਾਰਿਆਂ ਨੂੰ ਚੁਭਿਆ ਆ ਅਤੇ ਨਾ ਭੁੱਲਣ ਵਾਲਾ ਆ। ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਨੇ ਪਾਕਿਸਤਾਨ ਦੀ ਸੰਗਤ ਨੂੰ ਇਸ ਮੌਕੇ 'ਤੇ ਆਉਣ ਨੂੰ ਮਨ੍ਹਾ ਕੀਤਾ, ਉਹਨਾਂ ਨੇ ਕਿਹਾ ਤੁਸੀਂ ਘਰ 'ਚ ਰਹਿ ਕੇ ਹੀ ਅਰਦਾਸ ਕਰੋ ਕਿਉਂਕਿ ਇੰਡੀਆ ਤੋਂ ਸ਼ਰਧਾਲੂ ਆ ਰਹੇ ਨੇ। ਇਹ ਜਿਹੜਾ ਪਾਕਿਸਤਾਨ ਗਵਰਨਮੈਂਟ ਨੇ ਜਿਹੜਾ ਇਹ ਐਲਾਨ ਕੀਤਾ ਕਿ ਜਿਹੜੀ ਲੋਕਲ ਸੰਗਤ ਆ ਉਹ ਨਾ ਆਵੇ, ਉਹ ਬਾਅਦ ਵਿੱਚ ਆਵੇ, ਬਾਅਦ 'ਚ ਮੈਂ ਪੜ੍ਹਿਆ, ਅੱਜ ਅਖਬਾਰਾਂ ਦੇ ਵਿੱਚ ਹੀ ਮੈਨੂੰ ਇਹ ਪਤਾ ਲੱਗਿਆ। ਵੈਸੇ ਜਿਹੜੇ ਗੁਰਦੁਆਰੇ ਗੁਰਧਾਮ ਨੇ ਇੱਥੋਂ ਤਾਂ ਲੋਕਾਂ ਨੂੰ ਜਿਹੜੀ ਆ ਉਹ ਤਾਕਤ ਮਿਲਦੀ ਆ, ਸ਼ਰਧਾ ਭਾਵਨਾ ਇੱਥੇ ਬਹੁਤ ਸਾਰੀ ਹੁੰਦੀ ਆ, ਆਸਥਾ ਦੇ ਕਾਰਨ ਲੋਕ ਇੱਥੇ ਤੰਦਰੁਸਤ ਹੋਣ ਵਾਸਤੇ ਆਉਂਦੇ ਆ, ਬਿਮਾਰੀ ਲੈਣ ਨਹੀਂ ਆਉਂਦੇ, ਨਾ ਇੱਥੋਂ ਮਿਲਦੀ। ਔਰ ਮੇਰਾ ਖਿਆਲ ਆ ਕਿ ਤੁਸੀਂ ਵੇਖਿਆ ਕਿ ਵੱਡੇ ਰੂਪ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਕੋਈ ਵੀ ਗਵਰਨਮੈਂਟ ਕਰਦੀ ਆ ਕਿ ਉਹਦਾ ਸੁਭਾਵਿਕ ਆ ਕਿ ਉਹਦਾ ਜਿਹੜਾ ਪ੍ਰਤੀਕਰਮਾ ਉਹ ਨੈਗੇਟਿਵ ਜਾਂਦਾ ਆ। ਅਸੀਂ ਤਾਂ ਪਾਕਿਸਤਾਨ ਸਰਕਾਰ ਨੂੰ ਕਹਾਂਗੇ ਕਿ ਤੁਸੀਂ ਜਿਹੜੇ ਜਥਾ ਜਿੱਤਣਾ ਜਾ ਰਿਹਾ, ਤੁਹਾਡਾ ਧੰਨਵਾਦ ਆ ਕਿ ਤੁਸੀਂ ਜਥੇ ਨੂੰ ਜਿਹੜੀ ਆ ਪ੍ਰਾਇਓਰਟੀ ਦਿੱਤੀ ਆ, ਪਰ ਲੋਕਲ ਜਿਹੜੇ ਪਾਕਿਸਤਾਨੀ ਸਿੱਖ ਨੇ ਜਾਂ ਹੋਰ ਲੋਕ ਜਿਹੜੇ ਗੁਰਦੁਆਰੇ ਗੁਰਧਾਮਾਂ ਨੂੰ ਮੰਨਦੇ ਨੇ ਉਹਨਾਂ ਨੂੰ ਵੀ ਪਰਮਿਸ਼ਨ ਦੇ ਦੇਣੀ ਚਾਹੀਦੀ। ਤਾਂ ਹੁਣ ਅੱਜ ਕਿੰਨੀ ਸੰਗਤ ਦਾ ਇੱਥੇ ਟੈਸਟ ਕੀਤਾ ਜਾ ਰਿਹਾ? ਵੇਖੋ, ਸਾਡਾ ਅਸੀਂ 2 ਦਿਨ ਦਾ ਇੱਥੇ ਕੈਂਪ ਆਯੋਜਨ ਕੀਤਾ ਆ, 9 ਅਤੇ 10 ਤਰੀਕ ਨੂੰ। ਮੇਰਾ ਖਿਆਲ ਆ ਕਿ ਵੱਡੇ ਰੂਪ ਦੇ ਵਿੱਚ ਸਾਡੇ ਸ਼ਰਧਾਲੂ ਜਿਹੜੇ ਨੇ ਉਹ ਇਹ ਵੈਕਸੀਨ ਜਿਹੜੀ ਹੈਗੀ ਉਹ ਲਵਾ ਲੈਣਗੇ। ਕਿੰਨੀ ਤਰੀਕ ਨੂੰ ਜੱਥਾ ਇੱਥੋਂ ਜਾਣਾ ਤਾਂ ਉੱਥੋਂ ਵਾਪਸ ਕਿ 12 ਤਰੀਕ ਨੂੰ ਜਿਹੜਾ ਉਹ ਜੱਥਾ 12 ਅਪ੍ਰੈਲ ਨੂੰ ਇੱਥੋਂ ਜਾਏਗਾ। ਔਰ ਇਹ ਜੱਥਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਨੇ, ਸਰਦਾਰ ਹਰਪਾਲ ਸਿੰਘ ਜੀ ਜੱਲਾ, ਉਹ ਪਾਰਟੀ ਲੀਡਰ ਨੇ, ਉਹਨਾਂ ਦੀ ਅਗਵਾਈ ਵਿੱਚ ਇਹ ਜੱਥਾ 12 ਅਪ੍ਰੈਲ ਨੂੰ ਇੱਥੋਂ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ। ਔਰ ਇਹ 22 ਤਰੀਕ ਨੂੰ ਜੱਥਾ ਜਿਹੜਾ ਵਾਪਸ ਭਾਰਤ ਦੀ ਧਰਤੀ 'ਤੇ ਪਹੁੰਚੇਗਾ। ਲਗਭਗ 11 ਦਿਨ ਦਾ ਇਹ ਜੱਥੇ ਦਾ ਜਿਹੜਾ ਟੂਰ ਹੈ। ਔਰ ਇਹ ਜੱਥਾ ਜਿਹੜਾ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਹੋਰ ਜਿਹੜੇ ਸਾਡੇ ਧਾਰਮਿਕ ਸਥਾਨ ਨੇ ਉਹਨਾਂ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਵਾਪਸ ਇੱਥੇ ਸਾਡਾ ਕਰੋਨਾ ਟੈਸਟ ਕਰਨ ਵਾਸਤੇ। ਵਧੀਆ ਗੱਲ ਹੈ, ਸਾਨੂੰ ਇਹਦੇ ਨਾਲ ਪਤਾ ਲੱਗ ਜੂ ਸਾਡੇ ਅੰਦਰ ਕੋਈ ਦੁੱਖ ਹੈਗਾ ਜਾਂ ਨਹੀਂ ਹੈਗਾ। ਹਾਂਜੀ, ਸਹੀ ਗੱਲ ਹੈ, ਇਹ ਚੰਗੀ ਗੱਲ ਹੈ ਕਿ ਜੇ ਉਹਨਾਂ ਨੂੰ ਕਿਸੇ ਨੂੰ ਕੁਛ ਕੋਈ ਸ਼ਿਕਾਇਤ ਹੋਊਗੀ ਤਾਂ ਸਾਨੂੰ ਨਹੀਂ ਹੋਊਗਾ, ਸਾਡਾ ਵਿਚਾਰ ਹੈ। ਬਲਦੀਪ ਕੌਰ ਸਿਆਡੇ ਤੋਂ। ਨਹੀਂ।
ਮੇਰਾ ਨਾਂ ਜੀ ਸਰਦਾਰ ਜਸਪਾਲ ਸਿੰਘ, ਮੈਂ ਛਿਆੜੇ ਤੋਂ ਜੀ ਲੋਕਲ। ਸਾਨੂੰ ਜੀ ਸ਼੍ਰੋਮਣੀ ਕਮੇਟੀ ਬੁਲਾਇਆ, ਇੱਥੇ ਸਾਡੇ ਜਿੰਨੇ ਵੀ ਮਤਲਬ ਕਰੋਨਾ ਟੈਸਟ ਹੋਣਗੇ, ਔਰ ਜੇ ਜਿਹੜਾ ਮਤਲਬ ਕਰੋਨਾ ਨੈਗੇਟਿਵ ਹੋ ਜਾਊਗਾ, ਔਰ ਇਸ ਕਰਕੇ ਸਾਨੂੰ ਇੱਥੇ ਬੁਲਾਇਆ ਗਿਆ। ਮਤਲਬ ਹਾਂ, ਉਹ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮਤਲਬ ਜਿੰਨੇ ਪਾਕਿਸਤਾਨ ਦੇ ਉਹ ਸਿੱਖਾਂ ਨੂੰ ਨਹੀਂ ਮਿਲਣਗੇ, ਕਿਉਂਕਿ ਹੋ ਸਕਦਾ ਉਹਨਾਂ ਨੂੰ ਕਰੋਨਾ ਹੋਵੇ, ਸਾਡਾ ਬਚਾਅ ਹੋ ਸਕਦਾ ਇਹਦੇ ਵਿੱਚ। ਮਤਲਬ ਤੁਹਾਨੂੰ ਕੀ ਲੱਗਦਾ, ਚੰਗਾ ਹੈ ਜਾਂ ਮਾੜਾ? ਬਹੁਤ ਵਧੀਆ ਜੀ, ਦਰਸ਼ਨ ਕਰਨ ਨੂੰ ਮਿਲ ਰਹੇ। ਆਪਾਂ ਪਿਛਲੇ ਸਾਲ ਵੀ ਜਾਣਾ, ਪਿਛਲੇ ਸਾਲ ਮਤਲਬ ਲੋਕਡਾਊਨ ਕਰਕੇ ਕੈਂਸਲ ਹੋ ਗਿਆ ਜੀ, ਅਤੇ ਆਸ਼ਾ ਰੱਖੀ ਫਿਰ ਇਸ ਤਰ੍ਹਾਂ ਵੀ ਹੁਣ ਮੌਕਾ ਮਿਲ ਗਿਆ ਜਾਣ ਵਾਸਤੇ। ਤੁਹਾਨੂੰ ਲੱਗਦਾ ਨਹੀਂ ਹੋਰ ਜ਼ਿਆਦਾ ਫੈਲਦਾ ਜਾ ਰਿਹਾ ਕਰੋਨਾ, ਅਤੇ ਇਸ ਕਰਕੇ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਮੈਂ ਜਾਣਾ ਨਹੀਂ ਚਾਹੀਦਾ, ਕਰੋਨਾ ਜ਼ਿਆਦਾ ਫੈਲ ਰਿਹਾ, ਪਰ ਹੁਣ ਚਲੋ ਜੋ ਵੀ ਹੈ ਬਚਾਅ ਕਰਕੇ ਆਪਣਾ ਸੇਫਟੀ ਰੱਖ ਕੇ ਜਾ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਮੇਰਾ ਨਾਮ ਅਵਤਾਰ ਸਿੰਘ, ਸਾਨੂੰ ਪ੍ਰੀਤਮ ਸਿੰਘ, ਪਿੰਡ ਮੁੱਧ ਭਿੱਲੋਵਾਲ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ। ਅੱਜ ਕੀ ਕਰਨ ਆਏ ਇੱਥੇ? ਅਸੀਂ ਜੀ ਵਿਸਾਖੀ ਵਾਸਤੇ ਜਾ ਰਹੇ ਹਾਂ, ਖਾਲਸੇ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਨਨਕਾਣਾ ਸਾਹਿਬ ਜਾ ਰਹੇ ਹਾਂ ਜੀ, ਅਤੇ ਉੱਥੇ ਸਾਡਾ ਵੀਜ਼ਾ ਲੱਗਾ ਵਾ, ਅਤੇ ਅਸੀਂ ਉੱਥੇ ਸੰਗਤ ਦੇ ਨਾਲ ਜਾ ਰਹੇ ਹਾਂ। ਸ਼੍ਰੋਮਣੀ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਪਾਕਿਸਤਾਨ ਵਾਲਿਆਂ ਨੇ ਕਿਹਾ ਕੋਈ ਉੱਧਰ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਧਰ ਪਾਕਿਸਤਾਨ ਦਾ ਕੋਈ ਬੰਦਾ ਨਹੀਂ ਜਾਏਗਾ, ਕਿੱਦਾਂ ਦੇਖਦੇ ਜੀ, ਮਾੜਾ ਜਾਂ ਚੰਗਾ? ਨਹੀਂ ਜੀ ਨਹੀਂ, ਅਸੀਂ ਵੇਖਦੇ ਹਾਂ ਵੀ ਜਾਣਾ ਚਾਹੀਦਾ। ਉਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ ਪਾਕਿਸਤਾਨ ਵਾਲਿਆਂ ਨੂੰ? ਨਹੀਂ, ਜਾਣਾ ਚਾਹੀਦਾ ਜੀ। ਅਤੇ ਤੁਸੀਂ ਕਿੱਦਾਂ ਦੇਖਦੇ ਹੋ, ਤੁਹਾਨੂੰ ਪਤਾ ਕਰੋਨਾ ਫੈਲ ਗਿਆ, ਤਾਂ ਜਾਣਾ ਚਾਹੀਦਾ ਤੁਹਾਨੂੰ ਜਾਂ ਨਹੀਂ ਜਾਣਾ ਚਾਹੀਦਾ? ਕੋਈ ਗੱਲ ਨਹੀਂ ਜੀ, ਗੁਰੂ ਦੀ ਕਿਰਪਾ ਵਾ, ਅਸੀਂ ਗੁਰੂ ਦਾ ਆਸਰਾ ਵਾ, ਜਿੱਥੇ ਗੁਰੂ ਮਹਾਰਾਜ ਆ ਉੱਥੇ ਕਰੋਨਾ ਨੇ ਕੀ ਕਰਨਾ, ਕਰੋਨਾ ਦਾ ਕੋਈ ਪਰਵਾਹ ਨਹੀਂ, ਅਸੀਂ ਜਾਣਾ ਜਾਣਾ ਵਾ, ਮਹਾਰਾਜ ਨੇ ਦੀਦਾਰ ਕਰਨੇ ਗੁਰੂ ਨਾਨਕ ਪਾਤਸ਼ਾਹ ਦੇ। ਜਿਹੜੇ ਪੋਜ਼ਿਟਿਵ ਆਉਣਗੇ ਉਹ ਜੀ ਉਹ ਐਜ਼ ਪਰ ਗੌਰਮੈਂਟ ਗਾਈਡਲਾਈਨ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਏਗਾ ਜੀ।
ਸਰ ਇਹਨਾਂ ਦੀ ਰਿਪੋਰਟ ਜੀ ਐਸ ਸੂਨ ਐਸ ਪੋਸੀਬਲ ਅੱਜ ਹੀ ਅਸੀਂ ਸੈਂਪਲ ਮੈਡੀਕਲ ਕਾਲਜ ਜਮ੍ਹਾਂ ਕਰਵਾ ਦੇਣੀ ਹੈ ਜੀ ਅਤੇ ਉਹ ਮੋਸਟ ਪ੍ਰੋਬਲੀ ਜੀ ਜੋ ਪ੍ਰੋਸੈਸਿੰਗ ਟਾਈਮ ਆ ਉਹ ਤਾਂ ਲੱਗੇਗਾ ਜੀ ਮੋਸਟ ਪ੍ਰੋਬਲੀ ਸਵੇਰ ਤੱਕ ਇਹਨਾਂ ਦੀ ਰਿਪੋਰਟ ਆ ਜਾਵੇਗੀ ਕਿੰਨੇ ਜਣਾਂ ਦੇ ਟੈਸਟ ਹੋਣੇ ਜੀ ਸਰ ਸਾਨੂੰ ਜਿਹੜਾ ਟਾਰਗੇਟ ਉਹਨਾਂ ਨੇ ਦਿੱਤਾ ਜੀ 250 ਤੋਂ 300 ਲੋਕਾਂ ਦਾ ਦਿੱਤਾ ਵਾ ਠੀਕ ਹੈ ਜੀ ਅਤੇ ਡਿਫਰੈਂਟ ਡਿਫਰੈਂਟ ਦੋ ਤਿੰਨ ਟੀਮਸ ਨੇ ਹਰੇਕ ਨੂੰ ਟਾਰਗੇਟ ਦਿੱਤਾ ਕਿ ਈਚ ਨੇ 120-130 ਸੈਂਪਲ ਲੈਣੇ ਸਰ ਨਹੀਂ ਜੀ ਇਹਦੇ ਵਾਸਤੇ ਕੋਈ ਏਜ ਲਿਮਿਟ ਜੀ ਜੋ ਮਤਲਬ ਜਾਣ ਚਾਹਣ ਕੇ ਜੀ ਉੱਧਰੋਂ ਵੀ ਮੈਂਡੇਟਰੀ ਹੈ ਕਿ ਉਹ ਕਰਵਾ ਕੇ ਆਉਣ ਸੈਂਪਲਿੰਗ ਵਾਸਤੇ ਕੋਈ ਏਜ ਲਿਮਿਟ ਨਹੀਂ ਹੁੰਦੀ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਰੱਖਿਆ ਜਾ ਰਿਹਾ ਇੱਥੇ ਵੀ ਹਾਂਜੀ ਭਾਈ ਦੋ ਮਿੰਟ ਭਾਈ ਉਪਾਲ ਸ਼ੋਰ ਕਰ ਪੰਜਾਬ ਚ ਕੋਰੋਨਾ ਦੇ ਕੇਸ ਲਗਾਤਾਰ ਵਧਣ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਿਹਤ ਵਿਭਾਗ ਨੂੰ ਟੀਕਾਕਰਨ ਮੁਹਿੰਮ ਵਾਧਾ ਕਰਨ ਲਈ ਕਿਹਾ ਹੈ। ਕੈਪਟਨ ਨੇ ਪ੍ਰਤੀ ਦਿਨ 2 ਲੱਖ ਮਰੀਜ਼ਾਂ ਦਾ ਟੀਕਾਕਰਨ ਕੀਤੇ ਜਾਣ ਦੇ ਹੁਕਮ ਦਿੱਤੇ ਨੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਹਰੇਕ ਪਾਜ਼ੇਟਿਵ ਮਰੀਜ਼ ਪਿੱਛੇ 30 ਵਿਅਕਤੀਆਂ ਦੀ ਹੱਦ ਤੱਕ ਸੰਪਰਕ ਟਰੇਸਿੰਗ ਕੀਤੀ ਜਾਵੇ ਅਤੇ ਸੈਂਪਲਿੰਗ ਦੀ ਗਿਣਤੀ ਪ੍ਰਤੀ ਦਿਨ 50,000 ਤੱਕ ਵਧਾਈ ਜਾਵੇ। ਕੋਵਿਡ ਮਾਮਲੇ ਵਿੱਚ ਮੌਤ ਦੀ ਦਰ ਵਧਣ ਦੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਮੌਤਾਂ ਕਰਕੇ ਉਹਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ ਅਤੇ ਇਹਨਾਂ ਵਿੱਚੋਂ ਕਈ ਮੌਤਾਂ ਦਾ ਵਕਤ ਰਹਿੰਦਿਆਂ ਇਲਾਜ ਦੇ ਨਾਲ ਟਾਲੀ ਜਾ ਸਕਦੀ ਸੀ। ਉਹਨਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਨਿਰਦੇਸ਼ ਦਿੱਤੇ ਕਿ ਇੱਕ ਵਿਆਪਕ ਜਨ ਚੇਤਨਾ ਮੁਹਿੰਮ ਚਲਾਈ ਜਾਵੇ ਅਤੇ ਲੋਕਾਂ ਨੂੰ ਸ਼ੁਰੂਆਤੀ ਦੌਰ ਮੌਕੇ ਹੀ ਹਸਪਤਾਲਾਂ ਵਿਖੇ ਮੁਆਇਨੇ ਲਈ ਜਾਣ ਲਈ ਪ੍ਰੇਰਿਤ ਕੀਤਾ ਜਾਵੇ। ਅਮਰੀਕਾ ਤੋਂ ਬੁਰੀ ਖਬਰ ਆਈ ਹੈ। ਇੱਕ ਭਾਰਤੀ ਜੋੜਾ ਅਮਰੀਕਾ ਵਿੱਚ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਇਆ ਗਿਆ। ਗੁਆਂਢੀ ਨੇ ਜੋੜ ਦੀ 4 ਸਾਲਾਂ ਦੀ ਧੀ ਨੂੰ ਬਾਲਕਨੀ ਵਿੱਚ ਇਕੱਲੇ ਰੋਂਦਿਆਂ ਵੇਖਿਆ, ਜਿਸ ਤੋਂ ਬਾਅਦ ਉਹਨਾਂ ਨੂੰ ਮੌਤ ਦਾ ਪਤਾ ਲੱਗ ਗਿਆ। ਪਰਿਵਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਕੈਪਟਨ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੇ ਐਲਾਨ ਦੇ ਮਗਰੋਂ ਹੁਣ ਪਰੇਸ਼ਾਨ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਵੀ ਵੱਡਾ ਆਫਰ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਬੱਸ ਸਟੈਂਡ ਤੇ ਪ੍ਰਾਈਵੇਟ ਬੱਸਾਂ ਵਾਲੇ ਇੱਕ ਦੇ ਨਾਲ ਇੱਕ ਫ੍ਰੀ ਸਫ਼ਰ ਹੋਣ ਦਾ ਮੌਕਾ ਦੇ ਰਹੇ ਨੇ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੇ ਐਲਾਨ ਦੇ ਮਗਰੋਂ ਮਹਿਲਾਵਾਂ ਅੰਦਰ ਖੁਸ਼ੀ ਲੈ ਰਹੇ, ਪਰ ਇਸ ਦੌਰਾਨ ਪ੍ਰਾਈਵੇਟ ਬੱਸਾਂ ਵਾਲੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ। ਪ੍ਰਾਈਵੇਟ ਬੱਸਾਂ ਵਿੱਚ ਮਹਿਲਾ ਸਵਾਰੀਆਂ ਬਿਲਕੁਲ ਨਹੀਂ ਬੈਠਣੀਆਂ, ਇਸ ਲਈ ਉਹਨਾਂ ਫੈਸਲਾ ਕੀਤਾ ਹੈ ਕਿ ਇੱਕ ਦੇ ਨਾਲ ਇੱਕ ਸਵਾਰੀ ਮੁਫ਼ਤ ਸਫ਼ਰ ਕਰ ਸਕਦੀ ਹੈ। ਕੰਡਕਟਰ ਹੁਣ ਬੱਸ ਸਟੈਂਡ ਤੇ ਇੱਕ ਦੇ ਨਾਲ ਇੱਕ ਫ੍ਰੀ ਦਾ ਮੌਕਾ ਦੇ ਰਹੇ ਨੇ। ਕੰਡਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ, ਜਿਸ ਕਾਰਨ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੇ ਫੈਸਲੇ ਤੇ ਧਿਆਨ ਦੇਣ ਦੀ ਲੋੜ ਹੈ। ਮਾਮਲਾ ਏਅਰਪੋਰਟ ਰੋਡ ਗੁਰੂ ਰਾਮਦਾਸ ਐਵਨਿਊ ਦਾ ਹੈ, ਜਿੱਥੇ ਦੀ ਰਹਿਣ ਵਾਲੀ ਅਭਿਜੀਤਾ ਬੁੱਢੀਆ ਵੱਲੋਂ ਪੱਖੇ ਦੇ ਨਾਲ ਲੜ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਜੋ ਕਿ ਉੜੀਸਾ ਦੀ ਰਹਿਣ ਵਾਲੀ ਸੀ, ਅੱਜ ਉਸਦਾ ਵਿਆਹ ਏਅਰਫੋਰਸ ਵਿੱਚ ਸਰਵਿਸ ਕਰਨ ਵਾਲੇ ਤਪਸ਼ ਜੈਨ ਦੇ ਨਾਲ 6 ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਸ ਵੱਲੋਂ ਪੱਖੇ ਦੇ ਨਾਲ ਲੜ ਕੇ ਖੁਦਕੁਸ਼ੀ ਕਰ ਲਈ ਗਈ ਹੈ। ਸੋ ਹੁਣ ਅੱਜ ਇਹ ਖਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।